ਕੀ ਨਾਮ ਹੁੰਦਾ ਭਾਈ ਤੁਹਾਡਾ? ਜਗਤਾਰ ਸਿੰਘ ਜੀ। ਕਿਹੜੇ ਪਿੰਡ ਤੋਂ ਹੁੰਦੇ ਜੀ? ਸੂਰੇ ਵਾਲਾ। ਇਹ ਕਿਹੜੇ ਜ਼ਿਲ੍ਹੇ 'ਚ ਹੁੰਦਾ? ਮੁਕਤਸਰ ਜੀ। ਮੁਕਤਸਰ ਸਾਹਿਬ। ਇਹ ਜਿਹੜੇ ਘੋੜਾ ਹੈ, ਘੋੜੀ ਆ, ਘੋੜੀ ਹੈ ਜੀ। ਕਿੰਨੀ ਏਜ ਦੀ ਹੋਏਗੀ? 62 ਇੰਚ। 62 ਇੰਚ ਦੀ ਹੈ। ਉਮਰ ਕਿੰਨੀ ਹੋਣੀ ਹੈ ਜੀ? 5 ਸਾਲ ਦੀ। 5 ਸਾਲ। ਖਾਲੀ ਹੈ ਬੜੀ ਹੈ? ਸੁਭਰਾ 7 ਮਹੀਨੇ ਦੀ। ਅੱਛਾ, 7 ਮਹੀਨੇ ਦੀ ਹੈਗੀ ਹੈ। ਇਹ ਵੇਚਣ ਵਾਸਤੇ ਹੈ ਜੀ? ਹਾਂ, ਸੇਲ ਵਾਸਤੇ। ਕਿੰਨੀ ਕੀਮਤ ਹੈ ਇਹਦੀ? 3 ਲੱਖ ਰੁਪਇਆ। 3 ਲੱਖ ਰੁਪਏ। ਕਿਹੜੀ ਲਾਈਨ ਤੋਂ ਹੈ ਪਿੱਛੋਂ? ਰੋਲਟ ਵਾਲੀ ਲਾਈਨ ਤੋਂ। ਰੋਲਟ ਵਾਲੀਆਂ ਦੀ ਲਾਈਨ ਤੋਂ। ਅਤੇ ਤੁਹਾਡਾ ਨੰਬਰ ਕਿੰਨਾ ਹੁੰਦਾ ਜੀ? 94783। ਹਾਂਜੀ। 84 94783। ਹਾਂਜੀ। 14179। ਠੀਕ ਹੈ। ਅਤੇ ਕਿੰਨੀਆਂ ਘੋੜੀਆਂ ਲੈ ਕੇ ਆਏ ਤੁਸੀਂ? 8 ਘੋੜੀਆਂ ਜੀ। 8। ਹੋਰ ਕਿਹੜੀ ਹੈ ਜੀ? ਇਹ ਬੱਚੀ ਹੈ ਨੁਕਰੀ। ਇਹ ਨੁਕਰੀ ਬੱਚੀ। ਇਹ ਕਿੰਨੀ ਉਮਰ ਦੀ ਹੈ? 20 ਮਹੀਨਿਆਂ ਦੀ। 20 ਮਹੀਨਿਆਂ ਦੀ। ਵੈਰੀ ਗੁੱਡ। ਇਹਦੀ ਕਿੰਨੀ ਹਾਈਟ ਹੋਏਗੀ? 60 ਇੰਚ ਹੋਏਗੀ। ਅਤੇ ਇਹ ਕਿਹੜੀ ਲਾਈਨ ਤੋਂ ਹੈ? ਇਹ ਰੋਹੀ ਵਾਲੇ ਘੋੜੇ ਦੀ ਹੈ। ਅੱਛਾ। ਇਹਦੀ ਕਿੰਨੀ ਕੀਮਤ ਹੋਣੀ ਹੈ? 2.5 ਲੱਖ ਰੁਪਏ। 2.5 ਲੱਖ ਰੁਪਏ 'ਚ ਮਿਲਦੀ ਹੈ। ਹੋਰ ਕਿਹੜੀ ਹੈ ਜੀ? ਪੰਜਾਬ ਬੱਚੀ ਹੈ। ਅੱਛਾ, ਇਹ ਬੱਚੀ ਹੈ। ਇਹ ਕਿੰਨੀ ਉਮਰ ਦੀ ਹੈ? 1 ਸਾਲ ਦੀ ਹੈ। ਅੱਛਾ, 1 ਸਾਲ ਦੀ ਜੀ। ਇਹਦੀ ਕਿੰਨੀ ਹਾਈਟ ਹੋਣੀ ਹੈ? ਇਹਦੀ ਹੋਏਗੀ 58 ਇੰਚ। ਅੱਛਾ, ਅਤੇ ਕੀਮਤ ਕਿੰਨੀ ਹੋਏਗੀ ਇਹਦੀ? 1.5 ਲੱਖ। 1.5 ਲੱਖ ਰੁਪਏ 'ਚ ਮਿਲਦੀ ਹੈ। ਇਹ ਇੱਕ ਬੱਚੀ ਹੋਰ ਹੈ। ਇਹ ਵੀ ਬੱਚੀ ਹੈ, ਨੁਕਰੀ। ਨੁਕਰੀ ਬੱਚੀ। ਇਹ ਕਿਹੜੀ ਲਾਈਨ ਤੋਂ ਹੈ? ਡੋਡਾ ਲਾਈਨ ਤੋਂ। ਅੱਛਾ, ਡੋਡੇ ਵਾਲਿਆਂ ਦੀ ਲਾਈਨ ਤੋਂ। ਇਹ ਕਿੰਨੇ ਕੁ ਦੀ ਹੋਣੀ ਹੈ? 1.25 ਲੱਖ ਰੁਪਏ। 1.25 ਲੱਖ ਰੁਪਏ ਦੀ ਮਿਲਦੀ ਹੈ। ਇੱਕ ਵਾਰੀ ਤੁਹਾਡਾ ਨੰਬਰ ਹੋਰ ਦੱਸ ਦਿਓ। 94783। ਹਾਂਜੀ। ਇਹ ਜਿਹੜੀ ਬਛੇਰੀ? 2.5 ਸਾਲ ਦੀ ਹੈ। ਅੱਛਾ, ਇਹ 2.5 ਸਾਲ ਦੀ ਹੈ। ਇਹ ਕਿੰਨੀ ਕੀਮਤ ਦੀ ਹੋਣੀ ਹੈ ਜੀ? 3 ਲੱਖ ਰੁਪਏ। ਇਹ 3 ਲੱਖ ਦੀ ਹੈ। ਇਹ ਕਿਹੜੀ ਲਾਈਨ ਤੋਂ ਹੈ? ਲਾਈਨ ਕਿਹੜੀ ਹੈ? ਅੱਛਾ, ਇਹ ਵੀ ਡੋਡਾ ਲਿਆ ਲਈ। ਟੋਟਲ ਕਿੰਨੇ? 8 ਲਿਆਏ ਤੁਸੀਂ? 8।